ਮੇਰਾ ਚਿਮਟੇ ਵਾਲਾ ਜਿਹਦੇ ਨਾਮ ਦੀ ਫੇਰਾ ਮਾਲਾ ਮਾਤਾ ਕਿਸੇ ਨੇ ਸ਼ੱਕ ਸੀ ਸਾਧ ਲੰਘਿਆ ਗਲੀ ਚੋਂ ਮੇਰੀ ਖੁੱਲ ਗਈ ਬੜਾ ਗਜੇਰੇ ਅੱਖ ਦੀ ਪਰਚਾ ਚੱਲਦਾ ਤੁਹਾਡਾ ਵੀ ਚੱਲਦਾ ਤੁਹਾਡਾ ਵੀ ਚੱਲਦਾ ਬਾਬਾ ਕਹਿੰਦਾ ਬਾਪੂ ਮੇਰਾ ਕਹਿੰਦਾ ਇਹ ਉਹਦੇ ਹੁਕਮ ਹੈ ਜਿਹਦੇ ਅੱਜ 15 ਦਿਨ ਹੋ ਗਏ ਵਕਤ ਬਣੇ ਨੂੰ ਤੇ ਉਹਦਾ ਪਰਚੇ ਦਾ ਕੇਸ ਹੈ ਠੀਕ ਹੈ ਤੁਹਾਡੇ ਤਾਂ 3 ਮਹੀਨੇ ਹੋ ਗਏ ਰਾਜੇ ਹੈ ਬਹਿ ਜਾ ਕੇ ਨਿਸ਼ਾਨੀ ਦੇ ਕੇ ਪੁੱਛਦਾ ਕਿਦਾਂ ਆਏਗਾ ਚੱਲ ਬਾਪੂ ਬੜਾ
ਜਿਕਰਾ ਸੰਤ ਬਾਬਾ ਦਿਆਲ ਕਾਲੀ ਕੰਬਲੀ ਵਾਲੇ ਦਾ, ਜਿਕਰਾ ਬਾਪੂ ਗੰਗਾ ਰਾਮ ਜੀ ਦਾ, ਜਿਕਰਾ ਬਾਪੂ ਨਰਾਇਣ ਦਾਸ ਜੀ ਦਾ, ਜਿਕਰਾ ਬਾਪੂ ਕਾਕਾ ਦਾਸ ਜੀ ਦਾ, ਜਿਕਰਾ ਮੇਰੇ ਸਖੀ ਸਰਬਣ ਪੀਰ ਲੱਖਾਂ ਦੇ ਦਾਤੇ ਦਾ, ਜਿਕਰਾ ਮੇਰੇ ਹੈਦਰ ਸ਼ੇਖ ਮਲੇਰਾਂ ਦੇ ਵਾਲੀ ਦਾ, ਜਿਕਰਾ ਜੋੜਿਆਂ ਦੇ ਜੰਡਾਂ ਦੇ ਵਾਲੀ ਦਾ, ਜਿਕਰਾ ਮੇਰੀ ਆਸ਼ਕਤੀ ਮਾਂ ਕਾਲਕਾਂ ਦੇਵੀ ਦਾ, ਜਿਕਰਾ ਮੇਰੇ ਜੰਡਾਂ ਦੇ ਵਾਲੀ ਦਾ, ਜਿਕਰਾ ਭੈਰੋਂ ਛੜੀਏ ਦਾ, ਜਿਕਰਾ ਮਾਂ ਸ਼ਾਮ ਕੌਰ ਮੋਣੀ ਦਾ, ਜਿਕਰਾ ਮੇਰੀ ਮਾਂ ਦੁਰਗਾ ਦੇਵੀ ਦਾ। ਹਾਂ ਰਾਜੇ ਓਏ, ਬਾਪੂ ਦੇ ਦਰਬਾਰ ਚ ਐਸਾ ਹੁਕਮ ਆਇਆ, ਤੁਸੀਂ ਪਹਿਲੀ ਵਾਰੀ ਆਏ ਰਾਜੇ। ਕਹਿੰਦਾ ਬਾਬਾ ਤੇਰਾ ਅੱਜ ਨਾਂ ਸੁਣ ਕੇ ਆਇਆ, ਭੀੜ ਵੀ ਇਹੋ ਜਿਹੀ ਪੈ ਗਈ ਕਿ ਘਰੋਂ ਜੀ ਖਿਲਰੇ ਫਿਰਦੇ। ਠੀਕ ਹੈ, ਸੋਚਿਆ ਨਹੀਂ ਸੀ ਕਿੰਨੇ ਮਾਤਾ ਪੰਜ ਮੈਂਬਰ ਆ ਘਰ ਦੇ, ਹੈ ਪੰਜੇ ਹੀ ਖਿਲਰ ਗਏ ਹੁਣ, ਹੈ ਚੱਲ ਬਾਬਾ ਪੂ ਰਾਜੇ ਗੱਲ ਭਲੇ ਤੇ ਮੁੱਕਦੀ ਹੈ। ਠੀਕ ਹੈ, ਟੇਵੇਂ ਲਾਉਣ ਨੂੰ ਨਿਸ਼ਾਨੇ ਲਾਉਣ ਨੂੰ ਬਾਬੇ ਸਾਰੇ ਕਰ ਜਾਂਦੇ ਆ, ਹਨਾ। ਪਰ ਮੈਂ ਕਹਿਣਾ ਜੇ ਅੱਜ ਮੇਰੇ ਫਕੀਰ ਨੇ ਹੁਕਮ ਦਿੱਤਾ ਬਰੀ ਵੀ ਕਰਾ ਕੇ ਦਊਂਗਾ। ਠੀਕ ਹੈ, ਮੈਨੂੰ ਜਾਣਦੀ ਤੇ ਨਹੀਂ, ਹੈ ਪਹਿਲੀ ਵਾਰੀ ਆਈ ਹੈ ਨਾ, ਮੇਰੇ ਨਾਲ ਕੋਈ ਗੱਲ ਤੇ ਨਹੀਂ। ਪਹਿਲਾਂ ਮੈਨੂੰ ਐਂ ਦੱਸ, ਮਾਤਾ ਆਸ਼ਕਤੀ ਦੀ ਜੋਤ ਕਰਦੇ ਆ ਰਾਜੇ, ਕਾਲਕਾਂ ਦੀ ਕਰਦੇ ਆ? ਪੱਠ ਦਾ ਗਹਿਣਾ ਚੱਕ ਲਿਆ, ਉਹਦਾ ਚੱਕ ਲਿਆ, ਕੰਮ ਨਹੀਂ ਹੋਇਆ, ਪੁੱਛਾ ਕਿਉਂ ਨੀ? ਚੱਲ ਮਾਤਾ ਕਹਿੰਦਾ ਰਾਜੇ ਬਾਪੂ ਦੇ ਦਰਬਾਰ ਚ ਐਸਾ ਹੁਕਮ ਆਇਆ, ਮਾਤਾ ਮੇਰੇ ਬਾਪੂ ਦੇ ਦਰਬਾਰ ਚ ਐਸਾ ਹੁਕਮ ਆਇਆ, ਕਿਉਂਕਿ ਇਹਦੀ ਰਹਿਮਤ ਸਾਰ ਮੇਰੇ ਚ ਇੰਨੀ ਵੀ ਪਾਵਰ ਹੈਗੀ ਆ, ਬਠਿੰਡਾ ਮੁਕਤਸਰ ਮੋਗਾ ਮੈਂ ਫੋਨ ਤੇ ਵੀ ਛਡਾ ਸਕਦਾ, ਪਰ ਕਮਲੀਏ ਹੱਥ ਜੋੜ ਕੇ ਖੜ ਗਈ ਹੈ, ਪਰਚਾ ਹੀ ਤੂੰ ਇਹੋ ਜਿਹਾ ਲਈ ਫਿਰਦੀ ਹੈ ਜਿਹਦੀ ਸਜ਼ਾ ਵੀ 20 ਸਾਲ ਦੀ ਹੈ। ਚੱਲ ਬਾਬਾ ਪੁੱਛਾਂ ਕਿਹੜੇ ਫਿਰ ਹੁਕਮ ਆਇਆ, ਮੇਰਾ ਬਾਬਲ ਕਹਿੰਦਾ
ਮਾਤਾ ਇੰਨੀ ਭਰੀ ਸਭਾ ਕਹੀ ਆ ਮੁੰਡਾ ਤੇਰਾ ਹੈ ਧਾਰਾ ਭੈਣ ਚੋ ਕੰਜਰ ਪਰਚਾ ਵੀ ਸਾਧ ਕਹਿੰਦਾ ਰੈਪ ਦਾ ਪਾਤਾ ਪਾਤਾ ਚੱਲ ਬਾਪੂ ਅੱਜ ਉਲਟ ਗੰਗਾ ਵਹਿ ਗਈ ਕਹਿੰਦਾ ਵਹਿ ਗਈ ਪਹਿਲਾਂ ਕੰਜਰੀ ਖਾ ਗਈ ਅੱਜ ਜਦੋਂ ਮੁੱਕ ਕੇ ਪੁੱਠਾ ਕਰਦਾ ਹੈ ਕਰਾ ਦਿਓ ਪੁੱਠੀ ਫਿਰ ਬੋਲ ਚੱਲ ਬਾਪੂ ਪਰ ਇੱਕ ਗੱਲ ਮਾਤਾ ਕਹਿੰਦੇ ਆ ਵੇਖ ਲੋ ਐਡੀ ਭਰੀ ਸਵਾ ਮੈਂ ਉਹ ਕੰਜਰ ਬੰਦਿਆਂ ਨੂੰ ਕਹਿਣਾ ਚਾਹੁੰਦਾ ਜਦੋਂ ਆਪਦਾ ਪਰਿਵਾਰ ਹੋਵੇ ਨਾ ਤੇ ਆਪਦੇ ਪਰਿਵਾਰ ਨਾਲ ਹੀ ਰਹੇ ਜੋ ਪ੍ਰਮਾਤਮਾ ਦੀ ਹਜ਼ੂਰੀ ਚ ਐਡਾ ਬਚਨ ਕੌਲ ਸਹਿਯੋਗ ਲੈਨੇ ਆ ਉਸ ਹਮੇਸ਼ਾ ਨਾਲ ਖੜਦੇ ਆ ਤੈਨੂੰ ਕਿੰਨਾ ਬੰਦੇ ਨੇ ਦੁੱਖ ਦਿੱਤਾ ਸੀ ਅੱਜ ਨਾਲ ਖੜੀ ਆ ਖੜੀ ਆ ਨਾ ਇਹੋ ਜਿਹੀ ਅੱਗ ਲੱਗੀ ਰਹਿੰਦੀ ਸੀ ਜਿਹੜੀ ਅੰਦਰੋਂ ਬੁੱਝੀ ਨੀ ਤੇਰੇ ਜਨਾਨੀ ਗਰੀਬੀ ਕੱਟ ਲੂ ਭੁੱਖ ਕੱਟ ਲੂ ਤੇ ਕੱਟ ਲੂ ਸੌਕਣ ਨਹੀਂ ਕਰਦੀ ਚੱਲ ਬਾਪੂ ਰਾਜੇ ਪਰਚਾ ਕਰਾਤਾ ਗਲਤ ਠੀਕ ਹੈ ਸਾਰਾ ਕੁਛ ਉਹਨਾਂ ਦੇ ਹੱਕ ਚ ਭੁਗਤੀ ਜਾਂਦਾ ਠੀਕ ਹੈ ਤੁਹਾਡੀ ਕੋਈ ਸੁਣਾਈ ਬਾਨੀ ਹੋ ਰਹੀ ਪਰ ਮੇਰਾ ਦਾਤਾ ਚਾਵੇ ਇਹਦੀ ਰਹਿਮਤ ਹੋ ਜੇ ਫਿਰ ਜਿਹਨੂੰ ਜਾਣਦੇ ਵੀ ਨੀ ਉਹਦੇ ਚ ਵੜ ਜਾਂਦਾ ਠੀਕ ਹੈ ਮੈਂ ਵੜਿਆਈ ਕੋਈ ਮੈਂ ਨੀ ਕਰਨਾ ਰਾ ਆ ਖਸਮ ਜਿਹੜਾ ਸਿਰ ਮਾਰਦਾ ਆਪੇ ਕਰਕੇ ਜਾਊ ਜਿਵੇਂ ਇਹਨੇ ਕਹਿਤਾ ਇਹਦੇ ਕੌਲ ਤੇ ਪੁੱਗਣਾ ਪਊਗਾ ਠੀਕ ਹੈ ਪਰ ਜਦੋਂ ਇਹਦੇ ਤੋਂ ਵੱਡੀ ਕੋਈ ਸਰਕਾਰ ਨੀ ਰਜੇ ਜਦੋਂ ਇਹਦੀ ਮੋਹਰ ਲੱਗ ਜੇ ਠੀਕ ਹੈ ਕਿਉਂਕਿ ਮੈਂ ਓਨੀ ਕੁ ਗੱਲ ਕਰਦਾ ਜਿੰਨਾ ਕੁ ਕਰਦਿਆਂ ਮੇਰੀ ਸੰਗਤ ਬੈਠੀ ਹੈ ਕੋਈ ਵੀ ਹੱਥ ਖੜਾ ਕਰਕੇ ਕਹਿ ਦੇ ਵੀ ਫਕੀਰ ਕਿਸੇ ਨੂੰ ਮਗਰ ਲਾਉਣ ਵਾਲੀ ਗੱਲ ਕਰਦਾ ਜਾਂ ਕਿਸੇ ਲਾਲਚ ਪੱਖੋਂ ਕਰਦਾ ਹੈਗਾ ਹੈ ਪਰ ਪੁਲਿਸ ਥਾਣੇ ਆ ਸੱਚ ਵੇ ਗਵਾਹੀ ਖੜਾ ਬੰਦਾ ਇਹ ਕਹਿੰਦੇ ਸੀ ਇੱਕ ਦਿਨ ਚ ਤਲੀ ਤੇ ਸਰੋ ਜਮਾਈ ਹਾਂ ਬੇ ਹੈ ਟੇਕਦੇ ਹੀ ਨਾ ਮੱਥਾ ਚੱਲ ਬਾਪੂ ਐਂ ਪੁੱਛ ਕੇ ਤੁਹਾਨੂੰ ਕਰਦਾ ਚੱਲ ਬਾਬਾ
ਰਾਜੇ ਜਾਂ ਬਾਪੂ ਕਹਿੰਦਾ 15 ਦਿਨਾਂ ਦੇ ਅੰਦਰ ਅੰਦਰ ਕੰਮ ਤੁਹਾਡਾ ਹੋ ਜਾਊਗਾ, ਠੀਕ ਹੈ? ਕਹਿੰਦਾ ਜਾ। ਬਾਬੇ ਖੇਤਰਪਾਲ ਦਾ ਨਾਂ ਲੈ ਕੇ 2.25 ਮੀਟਰ ਲਾਲ ਕੱਪੜਾ, ਇੱਕ ਸੁੱਕਾ ਨਾਰੀਅਲ ਤੇ 51 ਰੁਪਏ ਉਹ ਚ ਪਾ ਕੇ ਰੱਖ ਦੀ। ਕਹਿ ਲੈ ਬਾਬਾ ਤੇਰਾ ਘੋੜਾ ਦੇਊਂਗੀ, ਠੀਕ ਹੈ? ਜਾ, ਜੇ ਤੁਹਾਡੇ ਹੱਕ ਚ ਨਾ ਸਾਰੇ ਭੁਗਤੇ ਤਾਂ ਮੈਨੂੰ ਸਾਧਨਾ ਕਹੀ। ਹੋਰ ਦੱਸ, ਖੁਸ਼ ਹੈ? ਜਾ, ਤੇਰੀ ਹੱਥ ਨਾਲ ਆਈ ਰਾਜੇ, ਜੋ ਸ਼ਰਦਾ ਹੈਗੀ ਆ ਹਲੇ ਹਲੇ ਮੱਥੇ ਨੂੰ ਲਾ ਕੇ ਸਾਜੀਆਂ ਨੂੰ ਟੇਕ ਦੇ। ਪੁੱਛਣਾ ਤਾਂ ਆਹੀ ਸੀ ਨਾ, ਇਹੀ ਦੁੱਖ ਲੈ ਕੇ ਆਈ ਸੀ ਹੈ। ਜਾ, ਹੋ ਗਿਆ, ਚੱਲ ਬਾਪੂ ਬਾਣੇ ਵਾਲਿਆ। ਜਾ, ਤੇਰੀਆਂ ਤਰੀਕਾਂ ਪੈਂਦੀਆਂ ਹਲੇ। ਕਹਿੰਦਾ ਜਾ ਓਏ, ਮੇਰੀ ਆਸ਼ਕ ਦੀ ਮਾਂ ਰਾਣੀ ਦਾ ਨਾਂ ਲੈ ਕੇ ਇੱਕ ਸੁੱਕਾ ਨਾਰੀਅਲ ਲੈ ਲਿਆ ਜੇ, ਠੀਕ ਹੈ? ਕਾਲੀਆਂ ਬੰਗਾਂ 7 ਤੇ ਇੱਕ ਚੁੰਨੀ ਲੈ ਲਿਆ ਜੇ, ਠੀਕ ਹੈ? ਉਹ 51 ਰੁਪਏ ਕਰਕੇ ਵਾਰ ਕੇ ਕਹਿ ਮਾਤਾ ਲੈ, ਤੇਰੀ ਪੱਠ ਦਿਆਂਗੇ, ਠੀਕ ਹੈ? ਜਿੰਨੇ ਮੁਕੰਦਬੇ ਆ ਕਹਿੰਦੇ ਸਾਰਿਆਂ ਤੋਂ ਬੜੀ ਖੁਸ਼ ਹੈ। ਜਾ, ਜੋ ਸ਼ਰਧਾ ਟੇਕ ਕੇ ਮੱਥਾ ਸਾਜੀਆਂ ਨੂੰ ਬਹਿ ਜਾ, ਕਿਉਂਕਿ ਮੈਂ ਬਾਪੂ ਦੇ ਦਰਬਾਰ ਚੋਂ ਉਹੋ ਜਿਹੇ ਹੁਕਮ ਲਿਆਊਂਗਾ ਹਲੇ ਜਿਹੜਾ ਕੋਈ ਮੈਨੂੰ ਜਾਣਦਾ ਨਾ ਹੋਵੇ, ਜਿਹੜਾ ਪਾਵੇ ਸਾਜੀਆਂ ਨੂੰ ਮੱਥਾ ਟੇਕ ਕੇ ਬਹਿ ਜਾਓ। ਹਾਂ ਰਾਜੇ ਓਏ, ਆਪਣਾ ਜਾ, ਇਸ ਦਰਬਾਰ ਤੇ 11 ਕੋਲ ਦੁੱਧ ਦੀ ਖੀਰ ਸੁੱਕ ਜੀ ਤੇ 1 ਕੰਬਲੀ, ਠੀਕ ਆ? ਅਰਦਾਸ ਪਾ ਜੀ, ਕਹਿ ਬਾਬਾ ਜਾ ਸਾਨੂੰ ਰੌਲੇ ਚ ਵੇਲਿਆਂ ਚੋਂ ਕੱਢ ਦੇ ਤੇ ਜਾ ਭਲਾ ਹੋ ਜੂਗਾ, ਠੀਕ ਆ? ਕਿਉਂਕਿ ਮੈਂ ਕੱਢੇ ਕੰਨ ਨਹੀਂ ਕੱਢਦਾ, ਉੱਥੇ ਹੀ ਨਿਸ਼ਾਨਾ ਮਾਰੂ ਜਿੱਥੇ ਕੋਈ ਮੇਰੇ ਨਾ ਜਾਣਦਾ। ਚੱਲ ਬਾਪੂ।